ਤੁਹਾਡਾ ਆਪਣਾ ਚੈਨਲ ਸੈਂਡ ਮੈਡਲਿਪ ਸਬਸਕ੍ਰਾਈਬ ਕਰਾ। ਮੰਮੀ ਜੀਜਾ ਘਰੇ ਆਇਓ, ਜੀਜੇ ਕਰਿਆਰੀ ਹੁਣ ਆਸਨ ਹੈ। ਆਹੋ ਮਨੂਆ, ਜੀਜੇ ਤੇਰੇ ਹਫਤਾ ਹੋਈ ਆ, ਹੁਣ ਆਇਆ ਨੀ ਬੈ। ਰੁਕ ਮੈਂ ਫੋਨ ਕਰਦੀ ਲੈ। ਹੈਲੋ, ਹਾਂ ਮੰਮੀ, ਇਹ ਕਰੀਏ ਬੱਚਾ। ਅੱਛਾ ਅੱਛਾ, ਮੈਂ ਵੀ ਖਾ ਰਹੀ ਨਾ। ਤਾਂ ਜਵਾਈ ਜੀ ਹਫਤਾ ਹੋਈ ਆ, ਆਇਓ ਇੱਦਾਂ ਹਨਾ ਨੀ ਆਏ ਤੂੰ। ਕਿਆ ਗੱਲ ਹੁਣ? ਅੱਛਾ ਕੱਲ ਅੱਜ ਲਗੀ ਹੁਣ। ਅੱਛਾ 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 ਅੱਛਾ, ਮੁੰਨੂ ਵੀ ਨਿਆਗਾ ਦਾ ਵੀ ਜੀ, ਵਾਹ ਤੇਰਾ ਨਿਆਗਾ ਦਾ। ਜੀਜਾ ਨੀ ਆਏ ਬੋਲੇ ਅੱਬੇ? ਚਲੋ ਆਈਆ ਆਈਆ, ਬਾਤ ਬਣਾਏ ਰੱਖਦੀ ਤਾਂ ਮੈਂ ਆਇਆ ਨਾ ਤੁਹਾਡੇ ਘਰ ਲੰਚ ਟਾਈਮ। ਠੀਕ ਹੈ ਠੀਕ ਹੈ, ਆਈਆ ਤਾਂ ਨਾ। ਕਿਆ ਬੋਲਿਆ ਮੰਮੀ? ਲਗੇ ਲਗੇ ਹੁਣ, ਦੋਨੋਂ ਲਗੇ ਹੁਣ ਅੱਜ ਬਾਤੇ ਟਾਈਮ ਮੈਂ। ਜਾ ਮੇਰਾ ਬੱਚਾ, ਤੂੰ ਸਬਜ਼ੀ ਸੁਬਜ਼ੀ ਲੈ ਨਾ, ਮੇਰੇ ਹਿਸਾਬ ਮੈਂ ਤਾਂ ਇਹ ਕਰ, ਤੂੰ ਪਨੀਰ ਲਿਆ ਨਾ, ਕਿਲੋ ਪਨੀਰ ਲੈ ਗਿਆ ਨਾ, ਕਨੀ ਕਿਲੋ ਮਟਰ ਲੈ ਗਿਆ, ਮਟਰ ਪਨੀਰ ਬਣਾ ਲੈਂਦੇ। ਠੀਕ ਹੈ ਠੀਕ ਹੈ ਮੰਮੀ, ਲਿਆਉਂਦਾ ਮੈਂ। A few moments later. ਲਿਆ ਮੰਮੀ, ਲਿਆ ਆਇਆ ਮੈਂ ਸਬਜ਼ੀ। ਰੱਖੀ ਦੇ ਮੇਰਾ ਕੰਮ, ਸ਼ਾਬਾਸ਼। 3 hours later. ਖਾਣਾ ਬਣਾਈ ਬੈਠੀ ਮੈਂ, 1 ਵਜੇ ਹੀ ਹਾਲੇ ਤੱਕ ਨਹੀਂ ਆਏ ਸੈ। ਥੱਕੀਏ ਵੋ ਬੱਚਾ, ਥੱਕੀਏ ਮੈਂ। ਜੜ ਕੇ ਤੇਰੀ ਭੈਣ ਦੇ ਹੋ ਨਾ, ਜੜ ਕੇ ਥੱਕੀ ਆਉਂਦੀ ਮੈਂ ਕੰਮੇ ਦੀ ਆਦਤ ਦੇ ਜੋ ਨਾ, ਹੁਣ ਮਿੰਜੋ ਥੱਕੀਏ ਵੋ ਬੱਚਾ। ਮੰਮੀ ਮੈਂ ਵੀ ਤਾਂ ਕਰਦਾ ਕੰਮ, ਤੂੰ ਵੀ ਕਰਦਾ ਬੱਚਾ, ਤੂੰ ਵੀ ਕਰਦਾ, ਪਰ ਖਾਣੇ ਵਾਣੇ ਸ਼ਾਇ ਬਣਾਉਂਦੀ ਸੀ ਨਾ, ਤੂੰ ਤੱਟ ਘਰਾਟ ਕਰ ਲੈਂਦਾ ਹੈਂ। ਬਾਹਰ ਜਾ ਆਉਂਦਾ, ਸਬਜ਼ੀ ਲਿਆਉਂਦਾ, ਦੁੱਧ ਲਿਆਉਂਦਾ, ਪਰ ਖਾਣਾ ਤਾਂ ਸ਼ਾਇ ਬਣਾਉਂਦੀ ਸੀ ਨਾ ਬੱਚਾ। ਮੰਮੀ ਆਈ ਹੈ, ਦੀਦੀ ਜੀਜਾ ਆਈ ਹੈ। ਮੰਮੀ ਜੀਜਾ ਤਾਂ ਨੂੰ ਹੀ ਗੱਡੀ ਲੈ ਲਈ, ਉਹ ਲੈ ਲਈ ਜਾਊਂਗੀ ਬੱਚਾ, ਤਾਂ ਹੁਣ ਫੋਨ ਚ ਰਹਿੰਦਾ ਤੇਰਾ ਜੀਜਾ ਹੈਂ, ਫੋਨ ਰਹਿੰਦਾ ਜੋ ਆਈ। ਚੰਗਾ ਬੰਦੇ ਜੀਜਾ ਜੀ। ਉਹ ਰਾਜੀ ਰਿਹਾ, ਰਾਜੀ ਰਿਹਾ ਸਾਲਾ ਸਾਹਿਬ। ਪੈਰੀ ਪਾਉਣਾ ਮੰਮੀ ਜੀ? ਉਹ ਰਾਜੀ ਰਿਹਾ ਜਵਾਈ ਜੀ, ਰਾਜੀ ਰਿਹਾ। ਰਾਜੀ ਆ ਬਾਊ? ਹਾਂ ਦੀਦੀ, ਖਰਾ ਖਰਾ। ਮੰਮੀ ਰਾਜੀ ਆ ਤੂੰ? ਖਰੀ ਆ ਉਹ ਬੱਚਾ, ਖਰੀ ਆ ਮੈਂ, ਤੂੰ ਖਰੀ ਆ ਨਾ? ਹਾਂਜੀ ਮੰਮੀ, ਠੀਕ ਹੈ ਮੈਂ। ਹੋਰ ਸੁਣਾ ਜਵਾਈ ਸਾਹਿਬ, ਖਰੇ ਨਾ ਤੂੰ? ਕਦਾਰੀ ਆਈ ਆ ਫੋਰਨ ਤੇ? ਮੰਮੀ ਜੀ ਹਫਤਾ ਹੋਈ ਆ ਮੈਨੂੰ ਤਾਂ। ਜੀਜਾ ਜੀ ਬੈਠ, ਨਵੀਂ ਗੱਡੀ ਆਂਦੀ, ਨਵੀਂ ਗੱਡੀ ਲਈ ਤੂੰ? ਉਹ ਸਾਲਾ ਸਾਹਿਬ, ਗੱਡੀ ਤਾਂ ਮੈਂ ਹਰ ਸਾਲ ਹੀ ਚੇਂਜ ਕਰਦਾ, ਆਖਿਰਕਾਰ ਮੈਂ ਫੋਰਨਰ ਹੈ, ਫੋਰਨ ਚ ਰਹਿੰਦਾ। ਉਹ ਅੱਛਾ, ਠੀਕ ਜੀਜਾ ਜੀ ਠੀਕ। ਦੀਦੀ ਹਾਰ ਬੜਾ ਛਾਲ ਪਾਇਆ ਤੂੰ ਗਲੇ ਚ, ਇਹ ਵੀ ਜੀਜਾ ਆਂਦੇ ਆਂਦੇ? ਉਹ ਸਾਲਾ ਸਾਹਿਬ, 25 ਲੱਖਾਂ ਦਾ ਹਾਰ ਹੈ, ਇਹ ਵੀ ਉੱਥੋਂ ਤੇ ਆਂਦੇ ਮੈਂ ਦਵਾਈ ਤੇ। ਕਹਿੰਦੇ ਜੇ ਦੀਦੀ ਤੂੰ ਹੋਈ ਹੈ ਸਾਡੀ ਪਾਈ ਨਾ, ਇਹ 15,000 ਦੀ ਸਾਡੀ ਹੈ। ਅੱਛਾ ਜੀਜਾ ਜੀ, ਕਹਿੰਦੇ ਸਾਲਾ ਸਾਹਿਬ ਇਹ ਜੇ ਤੂੰ ਹੋਈ ਜੀਦੀ ਜੁੱਤੀ ਪਾਈ ਹੈ ਨਾ ਜੁੱਤੀ, ਇਹ 5,000 ਦੀ ਜੁੱਤੀ ਹੈ। 5,000 ਦੀ ਜੁੱਤੀ? ਹਾਂਜੀ ਮੰਮੀ ਜੀ, ਆਖਿਰਕਾਰ ਫੋਰਨਰ ਹੈ ਮੈਂ, ਦੁਬਈ ਰਹਿੰਦਾ। ਮੈਨੂੰ ਗੱਪਾਂ ਮਾਰਦੇ ਰਹਿਣਾ, ਆਪਣੇ ਜੀਜੇ ਚਾਹ ਪਾਣੀ ਤਾਂ ਪੁੱਛਣਾ, ਹਾਂ ਪਾਣੀ ਪੂਣੀ ਪਿਆ ਇਹਨੂੰ ਦੀਦੀ ਕਹਿੰਦੇ ਜੀਜੇ? ਨਾ ਮੰਮੀ ਜੀ, ਪਾਣੀ ਨਹੀਂ ਪੀਣਾ, ਗੱਡੀ 'ਚ ਬਿਸਲੇਰੀ ਦੀ ਬੋਤਲਾਂ ਪਈਆਂ। ਕਹਿੰਦੇ ਚਾਹ ਤਾਂ ਹਾਂ ਪੀਂਦੇ ਨਹੀਂ, ਕੌਫੀ ਪੀਂਦੇ ਸੀ ਆਉਂਦੇ ਆਉਂਦੇ, ਹਾਂ ਯੰਮੀ ਸਟੋਪ 'ਚ ਪੀਂਦੇ ਆਏ ਕੌਫੀ। ਅੱਛਾ ਜਵਾਈ ਜੀ, ਮੰਮੀ ਜੀ ਇਹ ਜੇ ਚਸ਼ਮਾ ਪਹਿਨਿਆ ਨਾ ਮੈਂ, 15,000 ਦਾ ਚਸ਼ਮਾ ਹੈ, ਇਹ ਦੁਬਈ ਦਾ ਹੀ ਹੈ, ਇੱਥੋਂ ਨਹੀਂ ਮਿਲਦਾ, ਹੈ ਦੁਬਈ ਪਹਿਨਦੇ ਮੈਂ। ਖੂਬ ਕਮਾ ਜਵਾਈ ਸਾਹਿਬ, ਖੂਬ ਕਮਾ, ਕਹਿੰਦੇ ਖੂਬ ਖਾ ਭਾਈ, ਹੈਂ ਦੁਬਈ ਰਹਿੰਦਾ ਉਹ ਭਾਈ ਮੇਰਾ ਜਵਾਈ ਜੀ। ਇਹ ਤੂੰ ਬੁੜਕਾ ਮਾਰਨੇ ਹੀ ਹਨ, ਇੱਕ ਆ ਚਸ਼ਮਾ ਮਿੰਜੋ ਵੀ ਲਿਆਉਂਦੇ, ਤਾਂ ਮੈਂ ਮੰਨਦਾ ਵੀ ਜੀਜਾ ਕੋ ਚਾਹੁੰਦਿਆ ਮਿੰਜੋ। ਉਹ ਕਿਆ ਗਲਾ ਕਰਦੇ ਸਾਲਾ ਸਾਹਿਬ ਤੂੰ? ਇਹ ਠੀਕ ਗਲਾ ਕਰਦਾ ਬਾਊ ਮੇਰਾ, ਤੁਹਾਂ ਜੋ ਬਸ 24 ਘੰਟੇ 24 ਘੰਟੇ ਪੈਸਾ ਪੈਸਾ ਪੈਸਾ, ਇਹ ਹੀ ਬਸ ਫੁਕਰਾ ਪਨ, ਇਹ ਹੀ ਰਹਿੰਦੀ ਤੁਹਾਡੀ। ਮੈਂ ਤਾਂ ਤੁਹਾਡੇ ਪੱਲੇ ਬਸ ਦਿਓ ਹੀ ਗਵਾਈ, ਜਿੱਥੇ ਜਾਂਦੇ ਜਿੱਥੇ ਬਸ ਆਪਣੇ ਸਾਰੇ ਸਮਾਨ ਨਾਲ ਪਾਉਂਦੇ ਗਣਾਉਣਾ, ਇਹ 15 ਲੱਖਾਂ ਦਾ, ਇਹ 10 ਲੱਖਾਂ ਦਾ, ਇਹ 10 ਹਜ਼ਾਰਾਂ ਦੀ, ਇਹ 5 ਹਜ਼ਾਰਾਂ। ਉਹ ਬੱਚਾ ਹੀ ਨਹੀਂ ਬੋਲਦੇ ਨਾ ਮੰਮੀ, ਮੈਂ ਠੀਕ ਲਾ ਕਰਦੀ, ਜਿੱਥੇ ਵੀ ਜਾਂਦੇ ਜਿੱਥੇ ਮੇਰਾ ਚਸ਼ਮਾ 10 ਹਜ਼ਾਰਾਂ ਦਾ, ਇਹ ਮੇਰੀ ਗਾੜੀ 5 ਹਜ਼ਾਰਾਂ ਦੀ, ਹੈਂ ਇਹ ਸਾਡੀ 15,000 ਦੀ, ਹੈਂ ਇਹ ਰਾਣੀ ਹਾਰ ਲਿਆ ਮੈਂ 25 ਲੱਖਾਂ ਦਾ, ਵੀ ਦੱਸਣੇ ਦੀ ਕਿਆ ਜ਼ਰੂਰਤ ਹੈ, ਸਾਰਾ ਤਾਂ ਸੁਝਾ ਕਰਦਾ। ਅੱਛਾ ਅੱਛਾ ਠੀਕ ਹੈ ਠੀਕ ਹੈ, ਬੜਾ ਬਾਰੀ ਕਮਾਉਂਦਾ ਮੇਰਾ ਜਵਾਈ, ਹੈਂ। ਅੱਛਾ ਸਾਲਾ ਸਾਹਿਬ ਚਲਾ ਬਾਹਰ ਘੁੰਮੀ ਆਉਂਦੇ ਨਾ, ਗਰਾਂ ਦਾ ਚੱਕਰ ਲਾਈ ਆਉਂਦੇ,
ਕਨੇ ਤੁਸੀਂ ਬੈਠਾ ਮਾਰੀ ਦੋਨੋਂ ਗੱਪਾਂ ਗੱਪਾਂ ਮਾਰਾ ਆਹਾਂ ਆਏ ਠੀਕ ਹੈ ਜੀ ਜਾਈ ਚਲਾ ਵੇਟ ਕੁਇਟ ਬੱਚਾ ਖਰਾ ਜਵਾਈ ਮਿਲੇ ਮਿੰਜੋ ਹੈ ਤੂੰ ਤਾਂ ਸੋਨੇ ਚ ਤੋਲੀ ਹੋ ਆਈ ਤਿੰਨੀ ਫੁੱਲਾਂ ਚ ਰੱਖੀ ਜੋ ਫੁੱਲਾਂ ਚ ਮੰਮੀ ਫੁੱਲਾਂ ਚ ਨਹੀਂ ਤਾਂ ਸਵਾ ਫੁਕਰਾ ਦੇ ਅਜਵਾਈ ਟੋਪੀ ਤੇ ਤੇ ਮਿੰਜੋ 24 ਘੰਟੇ ਬਸ ਪੈਸਾ ਪੈਸਾ ਲਾਇ ਛੜਦਾ ਮੈਂ ਅੰਦਾ ਹੈ ਸਾਰੇ ਨਾ ਦਿਖਾਵਾ ਕਰਦਾ ਬੜਾ ਫੁਕਰਾ ਹੈ ਗਾਇਆ ਤਾਂ ਮਿੰਜੋ ਕਰੀ ਸੂਟਾ ਪਹਿਣ ਨਾ ਦਿੰਦਾ ਹੈ ਰਾਫਲ ਕਨੇ ਕੋ ਕੀ ਆਈ ਆਈ ਤਾਂ ਬੋਲਦੀ ਤੀ ਸਾਰੇ ਵੀ ਭੈਣ ਤੀਸਾ ਸਾੜੀ ਵੀ ਭੈਣ ਬਸ ਦਿਖਾਵਾ ਹੀ ਚਾਹੀਦਾ ਨਾ ਜੋ ਇਹਨਾਂ ਤਾਂ ਖੁਦ ਕੀ ਮਿੰਜੋ ਹੋਟਲ ਚ ਖਾਣਾ ਖਵਾਈਤੇ ਹੋਏ ਨਾ 500 ਰੁਪਏ ਦਾ ਖਾਣਾ ਖਾਦੇ ਹੋਏ ਨਾ ਤਾਂ ਲੋਕ ਕਨੇ ਗਲਾਂਦੇ ਆ 5000 ਦਾ ਖਾਣਾ ਖਾਈ ਕੀ ਆਏ ਸਭ ਫੁਕਰਾ ਪੰਤੀ ਹੈ ਵਸੀ ਨਾ ਜੀ 3 ਆਵਰਸ ਲੇਟਰ ਗੁਮੀ ਆਏ ਬੱਚਾ ਗਰਾ ਹਾਂਜੀ ਮੰਮੀ ਜੀ ਗੁਮੀ ਆਏ ਗੁਮੀ ਨਹੀਂ ਆਏ ਪਰ ਸਾਰੇ ਗਰਾਂ ਚ ਡੰਡੋਰਾ ਪਿੱਟੀ ਆਏ ਹੋਣੇ ਆਪਣੀ ਫੁਕਰਾ ਪੰਤੀ ਦਾ ਦੋਆ ਅੜੀਏ ਤਾਂ ਦੱਸਣਾ ਤਾਂ ਹੁੰਦਾ ਨਾ ਲੋਕਾਂ ਨੂੰ ਬਈ ਫੋਰਮ ਤੇ ਆਇਆ ਮੈਂ ਇੰਨੇ ਲੋਕੋ ਕਿੰਨੇ ਪਤਾ ਲੱਗਣਾ ਨਾ ਤਾਂ ਇੰਨੇ ਕਰਨਾ ਹਾਂ ਤੂੰ ਇੱਕ ਡੋਲ ਵੀ ਲੈ ਲੈਣਾ ਨਾ ਡੰਡੋਰਾ ਪਿੱਟਣਾ ਹਾਂ ਸਾਰੇ ਗਰਾਂ ਸੁਣਾਈ ਹੋਣੀ ਕੀ ਇਹ ਠੀਕ ਗੱਲ ਹੈ ਦੀਦੀ ਤੋਂ ਇੰਨੇ ਨਹੀਂ ਹੱਸਦੇ ਜਾਗਤਾ ਸੋਰੀ ਮੰਮੀ ਜੀ ਸੋਰੀ ਅੱਛਾ ਚਲੋ ਚਲੋ ਖਾਣੇ ਖਾ ਜਾਂਦੇ ਤਲ ਕੇ ਨਿਆਗੇ ਤੋਂ ਜੋ ਭਈਆ ਹਾਂ ਜੀ ਜਾ ਭੁੱਖ ਲੱਗੀ ਜੋ ਬੈਠੀਆ ਬੈਠੀਆ ਸਾਲਾ ਸਾਹਿਬ ਖਾਣਾ ਤਾਂ ਖਾਈ ਲੈਂਦੇ ਨਾ ਪਰ ਗੱਡੀਏ ਚ ਮੈਂ ਬਿਸਲਰੀ ਦੀਆਂ ਬੋਤਲਾਂ ਰੱਖੀਆਂ ਤੇ ਨਾ ਬੋਤਲਾਂ ਲੈਵਾ ਦੋ ਤਰਾ ਤੋਂ ਕਹੋ ਜੀਜਾ ਇਸ ਪਾਣੀ ਨੇ ਪੀਂਦੇ ਤੋਂ ਓਏ ਸਮਝੀ ਕਰ ਤੂੰ ਮੈਂ ਬਿਸਲਰੀ ਪੀਂਦਾ ਜਾ ਜਾ ਲੈ ਜਾਣ ਲੈ ਬੱਚਾ ਖਾ ਤਾ ਬਾਈ ਜੋ ਆਏ ਜੀ ਹਾਂ ਤਾਂ ਮਟਰ ਪਨੀਰ ਹੀ ਬਣਾਇਆ ਨਾ ਨਹੀਂ ਬਣਾਇਆ ਕੁਝ ਜ਼ਿਆਦਾ ਬੜਾ ਸਵਾਦ ਖਾਣਾ ਬਣਾਇਆ ਮੰਮੀ ਜੀ ਤੋਂ ਅੱਜ ਜ਼ਿਆਦਾ ਹੀ ਖਾ ਲੈ ਦੋ ਗਰਾ ਉਹ ਲੈ ਲੈ ਜੋ ਆਏ ਬੱਚਾ ਹੋਰ ਲੈ ਲਿਆ ਥੋੜਾ ਉਹ ਨਹੀਂ ਨਹੀਂ ਮੰਮੀ ਜੀ ਬਸ ਭਰੀ ਆ ਪੇਟ ਜਵਾਈ ਬੱਚਾ ਖੂਬ ਕਮਾਉਂਦੇ ਤੁਹਾਂ ਬੜਾ ਬੜਾ ਪੈਸਾ ਤੁਹਾਂ ਵਾਲੀ ਪਰ ਮੈਂ ਇੱਕ ਗੱਲ ਸਮਝਾਣੀ ਹੈ ਤੁਹਾਂ ਜੋ ਬੁਰਾ ਨਹੀਂ ਮੰਨ ਗਏ ਤਾਂ ਬੋਲੋ ਮੰਮੀ ਜੀ ਬੋਲੋ ਬਾਕੀ ਗੱਪਾਂ ਤਾਂ ਸਭ ਖਰੀਆਂ ਨਾ ਬੱਚਾ ਪਰ ਇੱਕ ਗੱਪ ਮੈਨੂੰ ਤੁਹਾਂ ਦੀ ਪਸੰਦ ਨਹੀਂ ਆਈ ਕੀ ਗੱਪ ਮੰਮੀ ਜੀ ਬੋਲੋ ਗੱਪ ਇਹ ਨਾ ਬੱਚਾ ਕਿ ਆਪਣੀਆਂ ਫੈਮਲੀਆਂ ਤਾਂ ਸਾਰੇ ਕਮਾਉਂਦੇ ਆਪਣੇ ਟਬਰਾਂ ਤਾਂ ਸਾਰੇ ਪੈਸਾ ਜੋੜਦੇ ਪਰ ਇਹ ਜੇ ਲੋਕਾਂ ਨੇ ਦੱਸਣਾ ਕਿ ਮੈਂ ਇਹ ਕੀਤਾ 25 ਲੱਖਾਂ ਦਾ ਹਾਰ ਲਿਆ ਹੈ 6000 ਜੁੱਤੀ ਪਾਈਓ 5000 ਚਸ਼ਮਾ ਲਿਆ ਇਹਨਾਂ ਗੱਪਾਂ ਕਰਨ ਦੀ ਕਿਆ ਜ਼ਰੂਰਤ ਹੈ ਜਵਾਈ ਜੀ ਤਾਂ ਮੰਮੀ ਜੀ ਲੋਕੋ ਕਿੰਨੇ ਪਤਾ ਲੱਗਣਾ ਕਿ ਮਿੰਜੇ ਵਾਲੀ ਕਿਤਨਾ ਪੈਸਾ ਹੈ ਲੋਕੋ ਵੀ ਤਾਂ ਪਤਾ ਹੋਣਾ ਚਾਹੀਦਾ ਮੈਂ ਬਾਹਰ ਰਹਿੰਦਾ ਫੋਰਨ ਕੰਟਰੀ ਤੇ ਆਇਆ ਨਾ ਬੱਚਾ ਇਹ ਗੱਲ ਗਲਤ ਹੈ ਲਾਲ ਗੁਦੜਾ ਚ ਪਣਛੋਈ ਜਾਂਦੇ ਮੰਮੀ ਸਾਲਾ ਸਾਹਿਬ ਜ਼ਿਆਦਾ ਮਤ ਹੱਸਾ ਮੰਮੀ ਜੀ ਸਾ ਗੱਲਾਂ ਜੇ ਸਮਝੀਆਂ ਤਾਂ ਮਿੰਜੋ ਦੁਖੀ ਕਹੇ ਹੋਏ ਤਣਾ ਹੈ ਇਸਾ ਹੀ ਗੱਪਾਂ ਨਹੀਂ ਸਮਝਦੇ ਕਮਾਉਂਦੇ ਤਾਂ ਬਤੇਰਾ ਪਰ ਲੋਕਾਂ ਨੇ ਇੱਕ ਇੱਕ ਚੀਜ਼ ਗਣਾਣੀ ਇਤਨੇ ਲੱਖਾਂ ਦਾ ਇਹ ਅੰਦਾ ਇਤਨੇ ਜਾਰਾਂ ਦਾ ਫਲਾਣੀ ਚੀਜ਼ ਲਈ ਬਸ ਲੋਕਾਂ ਜੋ ਇੱਕ ਇੱਕ ਚੀਜ਼ ਗਣਾਉਂਦੇ ਭਾਈਏ ਜਵਾਈ ਬੱਚਾ ਇਹ ਗੱਲਾਂ ਨਹੀਂ ਕਰਨੀਆਂ ਬੜੀਆਂ ਗੱਲਾਂ ਨਹੀਂ ਹੋਣੀਆਂ ਖਰੀਆਂ ਹੈ ਫਿਰ ਲੋਕ ਪਤਾ ਕਿਆ ਗਲਾਂਦੇ ਹਨ ਫਲਾਣੇ ਦਾ ਜਵਾਈ ਦਿਖਿਆ ਕਦੇ ਆ ਫੁਕਰਾ ਹੈ ਠੀਕ ਗਲਾਇਆ ਮੰਮੀ ਠੀਕ ਗਲਾਇਆ ਮੈਂ ਕਹਿੰਦਾ ਜੀਜਾ ਬਾਹਰ ਘੁੰਮਣਾ ਗਿਆ ਉਹ ਤਾਂ ਮੇਰੇ ਦੋਸਤ ਮਿਲੇ ਸਾਡੇ ਗਲਾ ਦੇ ਬੋਲੇ ਤੇਰਾ ਜੀਜਾ ਕਿਤੇ ਫੁਕਰਾ ਬੋਲਿਆ ਸਾਰੇ ਦੋਸਤ ਇੰਨੇ ਬੋਲਾ ਦੇ ਮੇਰੇ ਬੋਲੇ ਤੇਰਾ ਜੀਜਾ ਫੁਕਰਾ ਬੜਾ ਵਾਰੀ ਹੈ ਬੋਲਿਆ ਨਾ ਸੁਣਿਆ ਤੂੰ ਹਾਂ ਕੁਛ ਸਮਝ ਉਹਦੀ ਕਿਆ ਗਲਾ ਦੇ ਸਾਰੇ ਤੂੰ ਜੋ ਇਹਨਾਂ ਸਾਰੀਆਂ ਫੁਕਰਾ ਪੰਤੀਆਂ ਟਾਈ ਦੇ ਨਾ ਕਿਤੇ ਇੱਥੋਂ ਦੇ ਗਰਾਂ ਨੇ ਸਾਰਿਆਂ ਤੂੰ ਦਾ ਨਾਂ ਰੱਖੀਏ ਨਾ ਫੁਕਰਾ ਜਵਾਈ ਠੀਕ ਗਲਾ ਦੇ ਮੰਮੀ ਤੂੰ ਠੀਕ ਗਲਾ ਦੇ ਅੱਜ ਤੇ ਬਾਅਦ ਫੁਕਰਾ ਪੰਤੀ ਬੰਦ ਸ਼ਾਬਾਸ਼ ਮੇਰਾ ਬੱਚਾ ਸ਼ਾਬਾਸ਼